ਥੋੜ੍ਹਾ ਜਿਹਾ ਲਾਇਆ, ਥੋੜ੍ਹਾ ਜਿਹਾ ਦੁੱਧ ਆ ਗਿਆ ਸਿੱਕੇ ਨੂੰ ਅਤੇ ਪਿੱਛੇ ਜਾਗ ਲਾਈ ਉਸ ਸਿਰ 'ਤੇ, ਜਾਂ ਅਸੀਂ ਵੀ ਮੁੰਡਾ ਨਹੀਂ ਬਣਾਈ ਹੈ ਕਿਉਂਕਿ ਚਾਚੂ ਘਰ ਆ ਅਤੇ ਅਸੀਂ ਸਾਰੇ ਉਹਦੇ ਗਏ ਹੋਏ ਉਸੇ ਬਾਜੀ ਔਰਾਂ ਦੇ ਘਰ, ਅਤੇ ਫਿਰ ਫੁੱਫੋ ਆ ਕੇ ਚਲੋ ਜਿਹੜਾ ਹੈਗਾ ਦੁੱਧ ਉਹਦੀ ਆਪਾਂ ਬਣਾ ਲੈਂਦੇ ਹਾਂ ਲੱਸੀ ਸਮੋਸਿਆਂ ਦੇ ਵਾਸਤੇ, ਰਾਇਤਾ ਬਣਾ ਲਏ ਸਾਂ। ਲੱਸੀ ਨੂੰ ਕੀ ਕਰਨਾ ਪੀਣੀ ਹੈ ਸਾਰੀ, ਤੂੰ ਸਾਰੀ ਪੀ ਲੈਣੀ। ਅੱਛਾ ਫਿਰ ਹੋਰ ਲਵੇਂ ਨਫਸ, ਮੌਸਮ ਬਹੁਤ ਹੀ ਜ਼ਿਆਦਾ ਖਰਾਬ ਹੋਇਆ ਖੜਾ, ਇੰਨੀ ਠੰਡੀ ਹਵਾ, ਗੱਲ ਪਹਿਲਾਂ ਕਣੀਆਂ ਦੀਆਂ ਛੀਟਾਂ ਹੀ ਪਈਆਂ ਸੀ ਲੇਕਿਨ ਹੁਣ ਨਹੀਂ ਹੈ, ਖਤਮ ਹੋ ਗਏ, ਬੱਦਲ ਬਹੁਤ ਜ਼ਿਆਦਾ ਹੈਗਾ। ਹਾਂਜੀ ਸਕਲੈਨ ਕੀ ਖਾਂਦਾ ਬਣਾ ਹੈ, ਫੇਰ ਖਾਂਦਾ ਬਣਾ, ਕਿਹਦੋਂ ਲਿਆ ਜੀ? ਅੱਛਾ ਓਏ ਨਾ ਕਰ। ਕਿਉਂ ਚੁੱਕੀਆਂ ਨੇ ਲੱਕੜਾਂ? ਹੁਣ ਇੱਥੇ ਤਾਂ ਰੱਖੀ ਨਹੀਂ, ਕੋਈ ਨੀ ਬਸ ਉਹ ਰੱਖੀ ਗਈਆਂ ਜਿਹੜੇ ਰੱਖੀ ਗਈਆਂ, ਇਹਨਾਂ ਨੂੰ ਕੀ ਕਰਨਾ ਹੁਣ ਇੱਥੇ? ਲੱਕੜਾਂ ਬਾਹਰੋਂ ਚੱਕ ਕੇ ਤੇ ਅੰਦਰ ਰੱਖ ਰਹੇ ਕਿਉਂਕਿ ਮੌਸਮ ਬਹੁਤ ਹੀ ਜ਼ਿਆਦਾ ਖਰਾਬ ਹੋਈ ਖੜੀ ਹੈ, ਇਸ ਵਜ੍ਹਾ ਤੋਂ ਕਰਕੇ ਹੁਣ ਆਹ ਮੈਂ ਲੱਕੜਾਂ ਚੱਕ ਲੈ ਆਉਂਦੀਆਂ ਨੇ, ਇਹ ਹੁਣ ਮੈਂ ਰੱਖ ਦਿੱਤੀਆਂ ਨੇ ਉਧਰਲੀ ਸਾਈਡ ਤੇ, ਉਹ ਲੱਕੜਾਂ ਅੰਮੀ ਨੇ ਰੱਖੀਆਂ ਨੇ, ਆਹ ਹੁਣ ਮੈਂ ਕਲੋਜ਼ ਕਰਕੇ ਰੱਖ ਦਿੰਦਾ। ਮੈਂ ਕਿ ਚਲੋ ਬਾਹਰੋਂ ਚੱਕ ਲੈਂਦੇ ਹਾਂ, ਥੋੜ੍ਹਾ ਅੰਦਰ ਰੋਟੀਆਂ ਨਚਾਣੀਆਂ ਸੌਖੀਆਂ ਜਾ ਸਕਣ। ਬਾਕੀ ਆਰਮੀ ਚਾਹ ਕੇ ਰੱਖਦੀ ਪਈ ਹੈ ਕਿਉਂਕਿ ਇਹ ਅੱਬੂ ਲੈ ਕੇ ਆਇਆ ਸੀ ਉੱਥੋਂ ਵੱਢ ਕੇ, ਅਤੇ ਉਹ ਇੱਥੇ ਹੁਣ ਅਸੀਂ ਰੱਖ ਦਿੱਤਾ ਸੀ, ਚਲੋ ਲੱਕੜਾਂ ਬਣ ਜਾਂਦੇ ਹੈ, ਇਸ ਤਰ੍ਹਾਂ ਉਹਦੀ ਲੱਕੜਾਂ ਹਨ, ਮਾਸ਼ਾਅੱਲਾ ਲੱਕੜਾਂ ਬਹੁਤ ਹੀ ਬਲਦੀ ਹੈ। ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਖੜਾ, ਸਾਰਾ ਬੱਦਲ ਹੀ ਬੱਦਲ ਹੈ। ਬਾਰਿਸ਼ ਆ ਰਹੀ ਹੈ, ਦੇਖ ਲਓ ਕਣੀਆਂ ਪੈ ਰਹੀਆਂ ਨੇ, ਤੇ ਉਹ ਬੇਗਮ ਉਹ ਲੱਕੜਾਂ ਉਹਦੇ ਕੋਲ ਕੱਪੜਾ ਤਾਂ ਸੱਟ ਲਾ, ਲੱਕੜਾਂ ਫਿਰ ਗਿੱਲੀਆਂ ਹੋ ਜਾਣੀਆਂ ਨੇ, ਫਾਇਦਾ ਕੀ ਬਾਹਰ ਚਾਕ ਅੰਦਰ ਰੱਖਣ ਦਾ? ਕੋਈ ਛਾਪਰ ਹੀ ਲੱਕੜਾਂ ਲੁੱਕੜਾਂ ਦੇ ਉੱਤੇ ਦੇ, ਮੈਂ ਫਿਰ ਕੋਈ ਚੈੱਕ ਕਰਨਾ ਕਰ ਲਾ ਚੈੱਕ। ਛਾਪਰ ਇਹ ਕੀ ਆ ਜਿਹੜਾ ਮੈਂ ਇੱਥੇ ਪਾ ਦਿੱਤਾ ਹੈ? ਆਹ ਵੇਖ, ਹਾਂ ਉਹਦੇ 'ਤੇ ਕੱਪੜਾ ਪਾਇਆ,
ਆਇਆ ਸੀ ਆਪਣੇ ਦੋਸਤ ਨੂੰ ਮਿਲਣ ਵਾਸਤੇ, ਅਤੇ ਮੈਨੂੰ ਰੱਬੀ ਯਾਦ ਆ ਗਿਆ, ਦਰਖਤ ਬਹੁਤ ਪਿਆਰਾ ਮਾਸ਼ਾਅੱਲਾ, ਮੇਰੇ ਉਸਤਾਦ ਦੇ ਘਰ ਹੈ ਅਹਿਮਦ ਅਲੀ ਦਾ, ਹੁਣ ਇਸ ਟਾਈਮ ਤੋਂ ਘਰ ਨਹੀਂ ਹੈਗੇ, ਦੁਕਾਨ ਬੰਦ ਹੈ। ਮਾਸ਼ਾਅੱਲਾ ਕਣਕਾਂ ਤਾਂ ਸੁੱਕ ਗਈਆਂ ਸੀ, ਲੇਕਿਨ ਬਾਰਿਸ਼ ਆ ਗਈ, ਅੱਜ ਮੌਸਮ ਖਰਾਬ ਹੀ ਹੈ। ਘਰ ਵਾਲੇ ਤਾਂ ਅੱਗੇ ਦੇਖਣ ਦੇ ਬੱਚੇ ਕ੍ਰਿਕਟ ਖੇਡ ਰਹੇ ਨੇ, ਮੌਸਮ ਇੰਜੋਏ ਕਰ ਰਹੇ ਨੇ, ਕਿਉਂਕਿ ਮੌਸਮ ਅੱਜ ਮਾਸ਼ਾਅੱਲਾ ਬਹੁਤ ਪਿਆਰਾ ਬਣਿਆ ਹੋਇਆ। ਗੇਂਦ ਕਰਵਾ ਰਿਹਾ ਬੱਚਾ, ਪੈ ਨਹੀਂ ਆ ਗਿਆ, ਕਿਉਂ ਨਹੀਂ ਪਾਈ, ਐਵੇਂ ਕਿਉਂ, ਕਿਉਂ ਨਹੀਂ ਪਾਣੀ, ਕੋਈ ਦੱਸ ਤਾਂ ਸਹੀ, ਕਿਉਂ ਨਹੀਂ ਦੱਸਣਾ, ਉੱਥੇ ਖਲੋ ਕੇ ਮੈਨੂੰ ਦੱਸਣਾ ਬਈ ਕਿਉਂ, ਕੀ ਗੱਲ ਹੈ, ਕਿਉਂ ਚੱਪਲ ਨਹੀਂ ਪਾਈ, ਕਿਸ ਵਜ੍ਹਾ ਤੂੰ ਨਹੀਂ ਪਾਈ, ਸਾੜੀਆਂ ਵਜ੍ਹਾ ਤੋਂ, ਅੱਛਾ ਵੀਡੀਓ ਨਾ ਬਣਾਵਣ ਤਾਂ ਦੀ ਵਜ੍ਹਾ ਤੋਂ ਜੁੱਤੀ ਨਹੀਂ ਪਾਈ, ਮੈਂ ਤਾਂ ਮੋੜੀ ਤੇਰੀ ਬਣਾਉਣੀ ਹੈ। ਮੌਸਮ ਇੰਜੋਏ ਕਰ ਰਹੀ ਹੈ, ਗਈ ਹੈ ਕਹਿੰਦੀ ਹੈ ਕਿ ਮੈਂ ਨਹੀਂ ਵੇਖੂ ਪਾਣੀ ਉੱਤੇ ਖੜਾ ਕਿ ਨਹੀਂ ਖੜਾ, ਲੇਕਿਨ ਹੈਗਾ ਪਾਣੀ, ਸਕਲੈਨ ਆਇਆ ਖੜਾਈ, ਤੂੰ ਵੀਡੀਓ ਬਣਵਾਉਣੀ ਹੈ, ਅੱਛਾ ਬਣਵਾ ਕਿਵੇਂ ਕਰਕੇ ਬਣਵਾਉਣੀ ਹੈ, ਐਵੇਂ ਕੀ ਕਿਵੇਂ, ਤੇਰਾ ਪਾਪਾ ਕਿਤੇ ਗਿਆ ਹੋਇਆ, ਕਦੋਂ, ਅੱਛਾ ਤੇ ਰੋਟੀ ਖਾ ਕੇ ਆਇਆ, ਅੱਛਾ ਤੁਸੀਂ ਪਕਾਏ ਕੋਈ ਨੀ ਖਾਣੀ ਹੈ, ਚਲੋ ਠੀਕ ਹੋ ਗਏ, ਖਾਂਦੇ ਆਪਾਂ ਦੋਵੇਂ ਰਲ ਕੇ ਖਾਂਦੇ ਹਾਂ, ਇੱਕ ਮਿੰਟ ਬਲਾ ਨਿੰਮ ਤੇ ਵੇਖ ਲਵਾਂ, ਬਸ ਪਾਣੀ ਖੜਾ ਹੁਣ ਮਾਸ਼ਾਅੱਲਾ ਨਿੰਮ ਜਲਦੀ ਉੱਗ ਸੀ, ਅੱਛਾ ਦੇ ਦੇ, ਚੱਲ ਸਕਰੈਨ ਖਾ, ਲੱਡੂ ਖਾ, ਹਾਲ ਚੈੱਕ ਕੀਤਾ ਏ, ਸੋਰੀ ਹੈ ਵਿਚਾਰੀ ਬੱਕਰੀ ਬਾਹਰ ਖੜੀ ਹੈ, ਉਹ ਹੁਣ ਪਾਲੇ ਨਾਲ ਐਂ ਨਾ ਮੱਸੀ ਹੋਈ ਖੜੀ ਹੈ, ਅਤੇ ਇਹਨੂੰ ਹੁਣ ਮੈਂ ਆਉਂਦਾ ਚਾਚੇ ਨੂੰ ਵੀ ਇਹਨੂੰ ਅੰਦਰ ਬੰਨ ਲਈ ਸੀ, ਕਿਉਂਕਿ ਬਾਰਿਸ਼ ਬਹੁਤ ਹੋ ਰਹੀ, ਸੁਬਹ ਦੀ ਕਿਨ ਮਿੰਟ ਲੱਗੀ ਖੜੀ ਹੈ। ਚਾਚੂ ਕੰਬੀਰ ਵਾਲੇ ਮੰਮਾ ਬਣਾ, ਉੱਥੋਂ ਆਏ ਦੋ ਲੈ ਕੇ ਆਇਆ ਤੋਤੇ, ਮਾਸ਼ਾਅੱਲਾ, ਅੱਛਾ ਮੁਲਤਾਨ ਗਿਆ ਸੀ, ਵਾਹ ਜੀ ਵਾਹ, ਸਿਰੇ ਤੋਤੇ ਲੱਭਣ ਵਾਸਤੇ, ਮੀਆਂ ਮਿੱਠੂ ਬੇਰ ਹੈ, ਅਤੇ ਉੱਥੋਂ ਬੇਗਮ ਆਖਿਆ ਚਲੋ ਮੈਂ ਬੇਰ ਹੀ ਚੁੱਕ ਗਿਆ ਵਾਂ, ਹੁਣ ਬੇਰ ਚੁੱਕਦੀ ਪਈ ਹੈ ਇੱਥੋਂ, ਮਸਲਨ ਉੱਤੋਂ ਤਰੋੜਦੀ ਪਈ ਹੈ, ਬੇਗਮ ਪਾਣੀ ਹੈਗਾ ਉੱਪਰ, ਅੱਛਾ ਪਾਣੀ ਹੈ, ਸੁਵਿਧਾ ਉੱਤੇ ਲਾਲ ਦੋ ਤੇ ਲਾਲ, ਹਾਂ ਮਾਸ਼ਾਅੱਲਾ ਬੇਰ ਆਇਆ ਲਾ, ਸਹੀ ਹੈ ਨਾ, ਟੁੱਟ ਗਿਆ।
ਅੱਛਾ ਬੇਗਮ ਤੂੰ ਕੱਪੜੇ ਲਾ ਲੈਣੇ ਸੀ। ਨਹੀਂ ਦੇਖ ਨਵਾਂ ਸੂਟ ਤੇ ਮੈਂ ਹੀ ਪਾਣਾ ਹੋਰ ਮੈਂ ਕਿਹੜਾ ਪਾਵਾਂ। ਹੈ ਇਹ ਤਾਂ ਨਵਾਂ ਸੂਟ ਹੈ ਇਹ ਤਾਂ ਪਾਣਾ ਤੇ ਇਹ ਹੀ ਪਾਣਾ ਹੁਣ ਇਹ ਤਾਂ ਖਤਮ ਹੋ ਗਈ। ਨਹੀਂ ਹੈਗੀ ਹਲੇ ਇਹ ਤਾਂ। ਚਲੋ ਅੱਜ ਲਾ ਦੇ ਕੋਈ ਹੋਰ ਫੰਕਸ਼ਨ ਆਇਆ ਤਾਂ ਤੋੜਾ ਫੇਰੇ ਹੀ ਪਾ ਲਵੀਂ। ਅੱਛਾ ਫੇਰ ਹੋਰ ਪਾ ਲਵੀਂ। ਚਲੋ ਨਾ ਬੇਰਨ ਲਾ ਲ ਤੂੰ ਇਤੋ ਆ। ਉਹ ਕੁੰਡੇ ਆ ਗਏ ਤੇ ਆਏ ਖਲੇ ਆ ਸਾਹਮਣੇ ਨਹੀਂ ਨਜ਼ਰ। ਨਹੀਂ ਇਹ ਕੱਚਾ ਹੈ। ਅੱਛਾ ਇੱਧਰ ਆ ਜਾ ਫੇਰ। ਫੇਰ ਉੱਤੇ ਹੱਥ ਨਹੀਂ ਪਹੁੰਚਦਾ ਤੂੰ ਮੈਨੂੰ ਉਤਾਰ ਕੇ ਦੇ। ਬੇਰ ਆ ਦੋ ਬੇਰ ਆ। ਸਿਰਫ ਦੋ ਬਾਕੀ ਜੁਣਾ ਮਾਰੀਏ ਤਾਂ ਪਾਣੀ ਸਾਰਾ ਥੱਲੇ ਉਸੇ। ਚੱਲ ਫਿਰ ਐਂ ਇਸ ਵਜ੍ਹਾ ਤੋਂ ਕਰਕੇ ਇੱਕ ਮੰਮੀ ਆਪਣੇ ਵਾਸਤੇ ਕੁਝ ਕਰ ਲਵਾਂ ਹੈ। ਚਲੋ ਕਿਹੜਾ ਲਵਾਂ ਹੱਥ ਕਿਹੜੇ ਦੇ ਪੁੱਛੀ ਮੈਂ ਨਾ ਕਹਿੰਦੀ ਕਰ ਦਿੱਤੀ ਇਹ ਬੇਰ ਕੋਲੇ ਡਿੱਗਿਆ ਬਾਰਿਸ਼ ਕੋ ਆਈਏ ਉਹ ਬਾਰਿਸ਼ ਜੋ ਹੁੰਦੀ ਪਈ ਹੈ ਇਹ ਵੀ ਨਹੀਂ। ਬੇਰ ਲਾ ਦੇ ਮੁੰਡਾ ਹੈ ਲੈ ਲਾ ਬਹੁਤ ਸ਼ੌਕ ਤੈਨੂੰ ਬੇਰ ਖਾਵਣ ਦੀ ਥੱਲੇ ਪੈਰ ਆਣ ਦੇ ਹੋਰ ਇਹਦੇ ਲੈ ਲਾ ਹੋਰ ਹੈ ਸਹੀ ਹੈ ਸਾਡੇ ਕੋਲ ਬਾਰਿਸ਼ ਆਈ ਇਸ ਵਜ੍ਹਾ ਤੋਂ ਕਰਕੇ ਰੋਟੀ ਨਹੀਂ ਬਣਾਈ ਗਈ ਨਾ ਮੰਮੀ ਨੇ ਰੋਟੀ ਬਣਾਈ ਹੈ ਅਤੇ ਹੁਣ ਇਸ ਟਾਈਮ ਸਾਡੇ ਕੋਲ ਟਾਈਮ ਹੋ ਚੱਲਿਆ ਤਕਰੀਬਨ 7:45 ਦਾ 7:45 ਹੋ ਗਏ ਅਤੇ ਹੁਣ ਅੰਮੀ ਉਠੀਜੀਏ ਅਤੇ ਉਸ ਤੰਦੂਰੀ ਬਾਲੀਏ ਅਤੇ ਬੇਗਮ ਉੱਧਰ ਆਟਾ ਗੁੰਨਦੀ ਪਈ ਹੈ ਅਤੇ ਮੈਂ ਉਹ ਵੀ ਚੈੱਕ ਕਰਨਾ ਕਿ ਘੋਲਣ ਹਿੱਸੂ ਜਾਂ ਲਈ ਗੁੰਨਣ ਵਾਲਾ ਹਿੱਸੂ ਕੀ ਹਿਸਾਬ ਕਿਤਾਬ ਲਾ ਰਹੀ ਹੈ ਹਾਂਜੀ ਬੇਗਮ ਆਟਾ ਗੁੰਨ ਲਿਆ ਬੇਗਮ ਨੇ ਹੁਣ ਇਸ ਟਾਈਮ ਆਟਾ ਵੀ ਗੁੰਨ ਲਿਆ ਹੈ ਅਤੇ ਹੁਣ ਸਾਲਣ ਵੀ ਉੱਤੇ ਰੱਖਿਆ ਹੋਇਆ ਹਿੱਸੂ ਪਤਾ ਨਹੀਂ ਸਾਲਣ ਹਲੇ ਬਣਿਆ ਹੈ ਕਿ ਨਹੀਂ ਬਣਿਆ ਚੈੱਕ ਕਰ ਲੈਣ ਹਾਲੇ ਤਾਂ ਬੇਗਮ ਬਹੁਤ ਲੇਟ ਹੈ ਸਾਲਾਂ ਨੂੰ ਤਾਂ ਚਲੋ ਫਿਰ ਅੰਮੀ ਨੂੰ ਦੇ ਆ ਆਟਾ ਹੈ ਅਤੇ ਉਹ ਫਿਰ ਰੋਟੀਆਂ ਬਣਾ ਲਵੇ ਪਾਣੀ ਉਹ ਤੂੰ ਚਾਚੂ ਹੋਰ ਲੈ ਲਵੇ ਅੱਜ ਹੁਣ ਦਾ ਟਾਈਮ ਹੈ ਤਕਰੀਬਨ 7:45 ਦਾ ਹੋ ਗਿਆ ਹੈ ਕਿਉਂਕਿ ਅੱਗੇ ਸਾਰਾ ਦਿਨ ਬਾਰਿਸ਼ ਲੱਗੀ ਰਹੀ ਹੈ ਇਸ ਵਜ੍ਹਾ ਤੋਂ ਕਰਕੇ ਨਾ ਰੋਟੀ ਬਣੀ ਗਈ ਅਤੇ ਨਾ ਹੀ ਸਾਲਣ ਬਣਿਆ ਗਿਆ ਹੈ ਅਤੇ ਹੁਣ ਅੰਮੀ ਗਈ ਹੋਈ ਸੀ ਇੱਧਰ ਮੇਰੀ ਸਿਸਟਰ ਦੇ ਘਰ ਅੰਮੀ ਉਦੋਂ ਆਏ ਤਕਰੀਬਨ ਅਸਰ ਦੀ ਅਜ਼ਾਨ ਟਾਈਮ ਅਤੇ ਉੱਤੋਂ ਫਿਰ ਬਾਰਿਸ਼ ਸੀ ਨਹੀਂ ਬਣਾਏ ਰੋਟੀ ਹੁਣ ਉੱਧਰ ਤੰਦੂਰ 'ਤੇ ਅੰਮੀ ਰੋਟੀਆਂ ਬਣਾ ਰਹੀ ਹੈ ਕਿਉਂਕਿ ਬਾਰਿਸ਼ ਹੁਣ ਰੁਕ ਗਈ ਹੈ ਮੌਸਮ ਪਹਿਲੇ ਬਹੁਤ ਖਰਾਬ ਸੀ ਸੁਬਹ ਦਾ ਮੈਂ ਅੱਜ ਕੰਮ ਵੀ ਨਹੀਂ ਲਾਇਆ ਅਤੇ ਕੰਮ ਦੀ ਬੜੀ ਪਰੇਸ਼ਾਨੀ ਬਣ ਗਈ ਕਿ ਅੱਜ ਕਿਉਂ ਨਹੀਂ ਲੱਗਿਆ ਅੱਛਾ ਬਾਲਟੀ 'ਚ ਪਾਣੀ ਲੈਣਾ ਅਤੇ ਮੈਂ ਹੁਣ ਦੇਣ ਲੱਗਾ ਬੇਗਮ ਖੜ੍ਹੀ ਉਹਨੂੰ ਪਾਣੀ ਉਸ ਤੋਂ ਬਾਅਦ ਫਿਰ ਅੱਲਾ ਦੇ ਹਵਾਲੇ ਇਨਸ਼ਾਅੱਲਾ ਜ਼ਿੰਦਗੀ ਰਹੇਗੀ ਅਤੇ ਕੱਲ੍ਹ ਮੁਲਾਕਾਤ ਕਰਾਂਗੇ।